ਗੁਰਮਖ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸੰਗਤ ਜੀ ਬੇਨਤੀ ਬਹੁਤ ਜ਼ਰੂਰੀ ਹੈ ਇੱਕ ਕਹਿੰਦੇ ਨੇ ਵਿਛੋੜਾ ਵਿਛੋੜਾ ਮੌਤ ਤੋਂ ਵੀ ਬੁਰਾ ਹੁੰਦਾ ਹੈ ਵਿਛੋੜਾ ਜਿਹੜਾ ਮੌਤ ਤੋਂ ਵੀ ਭੈੜਾ ਹੁੰਦਾ ਹੈ ਤੇ ਕੁਝ ਗੱਲਾਂ ਮੈਂ ਸਾਂਝੀਆਂ ਕਰਨੀਆਂ ਨੇ ਤੁਹਾਡੇ ਨਾਲ ਸੋ ਸਭਰਿਆਂ ਦਾ ਧੰਨਵਾਦ ਹੈ ਬਹੁਤ ਬਹੁਤ ਸ਼ੁਕਰੀਆ ਫਤਿਹ ਬਲਾਉ ਆਪਾਰ ਅਮਤਾ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਛਾ ਕੀ ਹੈ ਜੀ ਵਿਛੋੜਾ ਇਹ ਵਿਛੋੜਾ ਸਹਿਆ ਨਾ ਜਾਏ ਪਾਤਸ਼ਾਹ ਨੇ ਬਾਣੀ ਵਿੱਚੋਂ ਵੀ ਕਿਹਾ ਇਹ ਵਿਛੋੜਾ ਵਿਛੋੜਾ ਕੀ ਹੁੰਦਾ ਜੀ ਇੱਕ ਤੇ ਹੁੰਦਾ ਹੈ ਰੂਹਾਂ ਦਾ ਵਿਛੋੜਾ ਜਿੱਥੇ ਬੋਲ ਚਾਲੀ ਬੰਦ ਹੋ ਜੇ ਨਫ਼ਰਤ ਹੋ ਜੇ ਉਹ ਹੁੰਦਾ ਹੈ ਵਿਛੋੜਾ ਇੱਕ ਹੁੰਦਾ ਹੈ ਸਰੀਰ ਦਾ ਵਿਛੋੜਾ ਜਿੱਥੇ ਰੂਹਾਂ ਵਿਛੜ ਜਾਣ ਦੁਬਾਰਾ ਮਿਲਾਪ ਨਾ ਹੋਵੇ ਉਹਨੂੰ ਕਹਿੰਦੇ ਨੇ ਰੂਹਾਂ ਦਾ ਵਿਛੋੜਾ ਤੇ ਇੱਕ ਹੁੰਦਾ ਹੈ ਸਰੀਰ ਦਾ ਵਿਛੋੜਾ ਵਿਛੋੜਾ ਮੌਤ ਤੋਂ ਵੀ ਬੁਰਾ ਹੁੰਦਾ ਹੈ ਮਿਛੋੜਾ ਜਿਹੜਾ ਹੁੰਦਾ ਬਹੁਤ ਭੈੜਾ ਹੁੰਦਾ ਹੈ ਵਿਛੋੜੇ ਕਰਕੇ ਬੰਦੇ ਜਿਹੜੇ ਨੇ ਅੰਦਰੋਂ ਅੰਦਰੀ ਮਰਦੇ ਰਹਿੰਦੇ ਨੇ ਮੌਤ ਇੱਕ ਵਾਰ ਮਾਰਦੀ ਹੈ ਇਹ ਕਹਿੰਦੇ ਵਿਛੋੜੇ ਦੀ ਜਿਹੜੀ ਆਗ ਹੁੰਦੀ ਹੈ ਨਾ ਬੰਦੇ ਨੂੰ ਦਿਨ ਪਰ ਦਿਨ ਨਿਤਾ ਪਰਤ ਛਾੜਦੀ ਹੈ ਵਿਛੋੜਾ ਬਹੁਤ ਭੈੜਾ ਹੁੰਦਾ ਹੈ ਜਿਸ ਤਰ੍ਹਾਂ ਕਿ ਪੰਜਾਬ ਦੀਆਂ ਮਾਵਾਂ ਨੇ ਪਹਿਲਾਂ ਵੀ ਸੰਤਾਪ ਹੰਡਾਏ ਨੇ ਕੁਝ ਲੋਕਾਂ ਨੇ ਆਪਣੇ ਮੋਢਿਆਂ ਤੇ ਸਟਾਰ ਵਧਾਉਣ ਦੇ ਲਈ ਫੇਰ ਉਹੀ ਗੱਲ ਆ ਜਾਂਦੀ ਹੈ ਤੇ ਮੈਨੂੰ ਪਤਾ ਮੈਂ ਇੱਕ ਬੇਨਤੀ ਕਰਦੇ ਆਂ ਕਈ ਲੋਕ ਨਾ ਮੈਨੂੰ ਫੋਨ ਕਰਦੇ ਨੇ ਮੈਨੂੰ ਕਹਿੰਦੇ ਨੇ ਬਾ ਬਾਈ ਜੀ ਉਹ ਗੱਲਾਂ ਨਾ ਕਰਿਆ ਕਰੋ 1984 ਤੋਂ 95 ਤੱਕ ਦਾ ਜਿਹੜਾ ਸਮਾਂ ਹੰਡਾਇਆ ਪੰਜਾਬ ਨੇ ਕਹਿੰਦੇ ਜੀ ਉਹ ਗੱਲ ਨਾ ਕਰਿਆ ਕਰੋ ਮੈਂ ਕਿਹਾ ਵੀ ਕਿਉਂ ਕੀ ਅਲਰਜੀ ਹੈ ਉਹ ਗੱਲ ਤੋਂ ਕਨੇਜੀਓ ਫਿਰ ਔਖਾ ਹੋ ਜਾਂਦਾ ਜੀ ਆਇਆ ਤੁਸੀਂ ਪੜਖਾਉ ਪ੍ਰਚਾਰ ਕਰਦੇ ਹੋ ਮੈਂ ਕਿਹਾ ਵੀ ਇਹ ਕਾਹਦਾ ਪੜਖਾਉ ਪ੍ਰਚਾਰ ਹੈ ਜਿਹੜਾ ਸੱਚ ਹੈ ਤੇ ਸੱਚ ਹੀ ਰਹੂਗਾ ਨਾ ਸੱਚ ਹੈ ਕੁਝ ਲੋਕਾਂ ਨੇ ਕੁਝ ਅਫਸਰਾਂ ਨੇ ਆਪਣੇ ਮੋਢਿਆਂ ਤੇ ਸਟਾਰ ਵਧਾਉਣ ਦੇ ਲਈ ਬੇਗੁਨਾਹਾਂ ਮਾਪਿਆਂ ਦੇ ਸਟਾਰਾਂ ਨੂੰ ਮਾਰ ਦਿੱਤਾ ਘਰੋਂ ਚੱਕ ਚੱਕ ਕੇ ਮਾਰਿਆ ਜੀ ਘਰੋਂ ਚੱਕ ਚੱਕ ਕੇ ਉਹਨਾਂ ਲੋਕਾਂ ਨੂੰ ਮਾਰਿਆ ਖਤਮ ਕਰ ਦਿੱਤਾ ਦਰਸਲ ਆਪਣੀ ਤਰੱਕੀ ਵਧਾਉਣ ਦੇ ਲਈ ਤੇ ਅੱਜ ਜੇ ਗੱਲ ਕੀਤੀ ਜਾਵੇ ਉਹ ਸਮੇਂ ਨੂੰ ਯਾਦ ਕਰਕੇ ਸੀਨੇ ਵਿੱਚੋਂ ਲਾਟ ਨਿਕਲਦੀ ਹੈ ਉਹ ਪਰਿਵਾਰਾਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਨੇ ਇਹ ਸੰਤਾਪ ਹੰਡਾਏ ਨੇ ਤੇ ਅੱਜ ਵੀ ਉਹ ਮਾਵਾਂ ਰੋਂਦੀਆਂ ਨੇ ਬਿਲਕੁਲ ਨਹੀਂ ਨੇ ਉਡੀਕ ਕਰਦੀਆਂ ਨੇ ਵੀ ਸ਼ਾਇਦ ਸਾਡੇ ਪੁੱਤ ਵਾਪਸ ਆ ਜਾਣਾ ਮਾਝਾ ਇਲਾਕਾ ਜਿਹੜਾ ਸੀ ਨਾ ਮਾਝੇ ਇਲਾਕੇ ਦੇ ਵਿੱਚ ਜਵਾਨੀ ਦਾ ਸਭ ਤੋਂ ਵੱਧ ਘਾਣ ਹੋਇਆ ਮਾਝੇ ਦੇ ਵਿੱਚ ਜਵਾਨੀ ਨੂੰ ਸਭ ਤੋਂ ਵੱਧ ਕੋਰਾ ਲਾਇਆ ਗਿਆ ਕਿਉਂ ਕਿਉਂਕਿ ਮਾਝੇ ਇਲਾਕੇ ਦੇ ਵਿੱਚ ਸਭ ਤੋਂ ਜ਼ਿਆਦਾ ਨੌਜਵਾਨ ਸੀ ਤੇ ਮਾਝੇ ਇਲਾਕੇ ਦੀ ਜੇ ਗੱਲ ਕਰੀਏ ਉੱਥੇ ਆ ਹੁਣ ਵਰਾਤਾਂ ਚੜਨ ਲੱਗੀਆਂ ਨੇ 10 ਸਾਲ ਤੋਂ ਵਰਾਤ ਨਹੀਂ ਸੀ ਚੜੀ ਕੋਈ ਵੀ ਕਾਰਨ ਕੀ ਰਿਹਾ ਕਾਰਨ ਇਹ ਸੀ ਕਿ ਉੱਥੋਂ ਦੇ ਸਾਰੇ ਨੌਜਵਾਨ ਹੀ ਖਤਮ ਕਰਦੇ ਸੀ ਮਾਵਾ ਦੇ ਕੋਲੋਂ ਪੁੱਤ ਖੋਹ-ਖੋ ਕੇ ਨਵਜੰਮੇ ਬੱਚੇ ਵੀ ਮਾਰ ਦਿੱਤੇ ਗਏ ਸੀ ਕਿਉਂ ਕਹਿੰਦੇ ਵੱਡੇ ਹੋ ਕੇ ਖਾੜਕੂ ਨਾ ਬਣ ਜਾਣ ਲਹਿਰਾਂ 'ਚ ਸ਼ਾਮਲ ਨਾ ਹੋ ਜਾਣ ਕਾਰਨ ਇਹ ਰਿਹਾ ਉੱਥੇ ਬਰਾਤਾਂ ਜਿਹੜੀਆਂ ਨੇ ਹੁਣ ਚੜਨ ਲੱਗੀਆਂ ਨੇ ਮਾਝੇ ਇਲਾਕੇ ਦੇ ਵਿੱਚ ਮਾਲਵੇ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਹੋਇਆ ਦੁਆਬਾ ਬਚਿਆ ਰਿਹਾ ਦੁਆਬੇ ਦੇ ਵਿੱਚ ਜਿਆਦਾ ਕੋਈ ਨੁਕਸਾਨ ਨਹੀਂ ਹੋਇਆ ਚਲੋ ਮਾਲਕ ਨੇ ਖੈਰ ਸੁਖ ਰੱਖੀ ਤੇ ਅੱਜ ਉਹ ਮਾਵਾ ਪੰਜਾਬ ਦੀਆਂ ਜਿਵੇਂ ਮੈਂ ਤੁਹਾਨੂੰ ਗਿਣਤੀ ਕਰਕੇ ਸੁਣਾਵਾਂ ਨਾ ਸ਼ਾਇਦ ਸਮਾਂ ਇੱਥੇ ਪੂਰਾ ਨਾ ਹੋ ਜੇ ਪਰ ਅਣਗਿਣਤ ਮਾਮਾ ਨੇ ਜਿਨ੍ਹਾਂ ਦੇ ਪੁੱਤ ਮਾਰੇ ਗਏ ਜਿਨ੍ਹਾਂ ਭੈਣਾਂ ਦੇ ਭਰਾ ਮਾਰੇ ਗਏ ਜ਼ਿਆਦਾਤਰ ਪੁਲਿਸ ਦੇ ਵੱਲੋਂ ਮਾਰੇ ਗਏ ਜਿਹੜੇ ਲਹਿਰਾਂ ਵਾਲੇ ਸਿੰਘ ਸੀ ਨਾ ਜਿਹੜੇ ਅਸਲ ਸਿੰਘ ਸੀ ਉਹਨਾਂ ਨੇ ਕਦੇ ਕਿਸੇ ਮਜ਼ਲੂਮ ਤੇ ਜ਼ੁਲਮ ਨਹੀਂ ਕੀਤਾ ਜ਼ੁਲਮ ਨਹੀਂ ਕੀਤਾ ਕਦੇ ਕਿਸੇ ਤੇ ਨਾਜਾਇਜ਼ ਕਿਸੇ ਨੂੰ ਮਾਰਿਆ ਨਹੀਂ ਕਿਸੇ ਧੀ ਭੈਣ ਦੀ ਇੱਜ਼ਤ ਨਹੀਂ ਲੁੱਟੀ ਇਹੋ ਜਿਹੇ ਕਾਰਨਾਮੇ ਨਹੀਂ ਕੀਤੇ ਪਰ ਦਰਸਲ ਇੱਕ ਸੱਚ ਇਹ ਵੀ ਹੈ ਕਿ ਸਾਡੇ ਵਿਚਕਾਰ ਅਜਿਹੇ ਲੋਕ ਪਾ ਦਿੱਤੇ ਗਏ ਸੀ ਸਰਕਾਰ ਦੇ ਵੱਲੋਂ ਜਿਨ੍ਹਾਂ ਨੇ ਇਹ ਸਾਰੀਆਂ ਘਟਨਾਵਾਂ ਕੀਤੀਆਂ ਬਲਵਿੰਦਰ ਜਟਾਣੇ ਦਾ ਜ਼ਿਕਰ ਆਉਂਦਾ ਐ ਐਸਵਾਈਐਲ ਗਾਣੇ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਜ਼ਿਕਰ ਕੀਤਾ ਤੇ ਐਸਵਾਈਐਲ ਗਾਣਾ ਆਉਣ ਤੋਂ ਬਾਅਦ ਬਲਵਿੰਦਰ ਜਟਾਣੇ ਨੂੰ ਸਰਚ ਕੀਤਾ ਯੂਥ ਨੇ ਪਤਾ ਲੱਗਿਆ ਕਿ ਬਲਵਿੰਦਰ ਜਟਾਣੇ ਦੇ ਪਰਿਵਾਰ ਨੂੰ ਅਜੀਤ ਸਿੰਘ ਪੂਲਾ ਨਿਹੰਗ ਜਿਹੜਾ ਸਰਕਾਰ ਦਾ ਪਿੱਠੂ ਸੀ ਸਰਕਾਰ ਦਾ ਟੌਟ ਸੀ ਸੁਮੇਤ ਸੈਣੀ ਵਰਗਿਆਂ ਦੇ ਨਾਲ ਉਹਦੇ ਯਰਾਨੇ ਸੀ ਉਹਨੇ ਬਲਵਿੰਦਰ ਜਟਾਣੇ ਦਾ ਪਰਿਵਾਰ ਜਾ ਕੇ ਸਾਰਾ ਮਾਰਿਆ ਸੀ ਪਿੰਡ ਜਟਾਣੇ ਚਮਕੌਰ ਸਾਹਿਬ ਦੇ ਲਾਗੇ ਸਾਰੀਆਂ ਚੀਜ਼ਾਂ ਮੈਂ ਤਾਂ ਕਰਕੇ ਦੱਸਣਾ ਚਾਹੁੰਨਾ ਕਿ ਅਸੀਂ ਭੁੱਲ ਨਾ ਜਾਈਏ ਛੇਕ ਸਾਡੇ ਦਿਲਾਂ ਵਿੱਚ ਬਹੁਤ ਨੇ ਜਿਹੜੇ ਕਹਿੰਦੇ ਨੇ ਭੁੱਲ ਜੋ ਜੀ ਉਹਨਾਂ ਨੂੰ ਉਹਨਾਂ ਨੂੰ ਜਾ ਕੇ ਇੱਕ ਗੱਲ ਕਿਹੋ ਕਿ ਉਹਨਾਂ ਮਾਵਾਂ ਨੂੰ ਕਹਿ ਦੋ ਜੇ ਉਹ ਆਪਣੇ ਪੁੱਤਾਂ ਨੂੰ ਭੁੱਲ ਜਾਣਗੀਆਂ ਆਪਣੇ ਪਰਿਵਾਰਾਂ ਤੇ ਹੋਏ ਤਸ਼ੱਦਦ ਭੁੱਲ ਜਾਣਗੀਆਂ ਜਾਂ ਆਪਣੀਆਂ ਧੀਆਂ ਦੀ ਹੋਈ ਬੇਪਤੀ ਭੁੱਲ ਜਾਣਗੀਆਂ ਤਾਂ ਅਸੀਂ ਵੀ ਗੱਲ ਕਰਨੀ ਛੱਡ ਦੇਾਂਗੇ ਅਸੀਂ ਵੀ ਭੁੱਲ ਜਾਾਂਗੇ ਸਾਡੇ ਵੀ ਪਰਿਵਾਰ ਸੀ ਮੈਂ ਗੱਲ ਕਰ ਰਿਹਾ ਸਾਡੇ ਵੀ ਪਰਿਵਾਰ ਸੀ ਜਿਨ੍ਹਾਂ ਨੇ 1984 ਤੋਂ ਬਾਅਦ ਇਹੋ ਜਿਹੇ ਦੌਰ ਹੰਡਾਏ ਨੇ ਸਾਡੀਆਂ ਵੀ ਭੈਣਾਂ ਸੀ ਜਿਨ੍ਹਾਂ ਦੀਆਂ ਪਤ ਲੀਰੋ ਲੀਰ ਕੀਤੀਆਂ ਗਈਆਂ ਅਸੀਂ ਕਿਵੇਂ ਭੁੱਲ ਜਾਈਏ ਉਹਨਾਂ ਚੀਜ਼ਾਂ ਨੂੰ ਕਿਵੇਂ ਅਸੀਂ ਉਹਨਾਂ ਚੀਜ਼ਾਂ ਨੂੰ ਟਿਕਾਣੇ ਲਾ ਕੇ ਰੱਖ ਦਈਏ ਵੀ ਨਹੀਂ ਹੁਣ ਯਾਦ ਨਹੀਂ ਕਰਨਾ ਕਿਉਂ ਨਾ ਯਾਦ ਕਰੀਏ ਭਈ ਤੁਹਾਡੇ ਲਈ ਇਹ ਇੱਕ ਅਣ ਸੁਣੀਆਂ ਕਹਾਣੀਆਂ ਹੋਣਗੀਆਂ ਪਰ ਸਾਡੇ ਲਈ ਇੱਕ ਜ਼ਖਮ ਨੇ ਜੋ ਸਾਨੂੰ ਸਿਸਟਮ ਵੱਲੋਂ ਦਿੱਤੇ ਗਏ ਸੀ ਖੈਰ ਵਿਛੋੜਾ ਬਹੁਤ ਵੱਡਾ ਹੁੰਦਾ ਜਦੋਂ ਕਿਸੇ ਦੀ ਯਾਦ ਆਉਂਦੀ ਹੈ ਨਾ ਅੰਦਰੋਂ ਧੁਰ ਤੱਕ ਰਵਾ ਦਿੰਦੀ ਹੈ ਅੰਦਰ ਤੱਕ ਝੰਜੋੜ ਦਿੰਦੀ ਹੈ ਜਿਵੇਂ ਅੱਜ ਸਿੱਧੂ ਮੂਸੇਵਾਲੇ ਦੀ ਖਾਲੀ ਪਈ ਹਵੇਲੀ ਜਦੋਂ ਦੀ ਮਾਂ ਨੇ ਇੱਕ ਗੱਲ ਕਹੀ ਨਾ ਅੰਦਰ ਨੂੰ ਝੰਜੋੜ ਗਈ ਉਦੀ ਮਾਂ ਕਹਿੰਦੀ ਐ ਕਿ ਨਹੀਂ ਮੇਰੇ ਪੁੱਤ ਤੋਂ ਬਿਨਾ ਮੇਰੀ ਹਵੇਲੀ ਮੈਨੂੰ ਖਾਲੀ ਲੱਗਦੀ ਐ ਮੈਨੂੰ ਚੰਗੀ ਨਹੀਂ ਲੱਗਦੀ ਇਹ ਹਵੇਲੀ ਵੀ ਮੈਨੂੰ ਕਾਤਲ ਜਾਪਦੀ ਐ ਇਹ ਮਸ਼ੀਨਰੀਆਂ ਇਹ ਗੱਡੀਆਂ ਇਹ ਸਭ ਕੁਝ ਕੀ ਕਰੂੰਗੀ ਮੈਂ ਇਹਨਾਂ ਦਾ ਅੱਜ ਮੇਰਾ ਪੁੱਤ ਹੀ ਮੇਰੇ ਕੋਲ ਨਹੀਂ ਆ ਜੇ ਕਿਤੇ ਇਹ ਸਾਰੀਆਂ ਚੀਜ਼ਾਂ ਵੇਚ ਕੇ ਮੇਰਾ ਪੁੱਤ ਵਾਪਸ ਕੋਈ ਲਿਆ ਸਕਦਾ ਮੇਤੋਂ ਸਾਰੀਆਂ ਚੀਜ਼ਾਂ ਲੈ ਲਓ ਅਸੀਂ ਰੋਡ ਤੇ ਗੁਜ਼ਾਰਾ ਕਰ ਲਾਂਗੇ ਪਰ ਮੇਰਾ ਪੁੱਤ ਵਾਪਸ ਮੋੜ ਲਿਆ ਹੁਣ ਉਹਨੂੰ ਕੌਣ ਦੱਸੇ ਕਿ ਮਾਂ ਜਿੱਥੇ ਤੇਰਾ ਪੁੱਤ ਗਿਆ ਉੱਥੋਂ ਕਦੇ ਕੋਈ ਮੁੜਦਾ ਨਹੀਂ ਤੇ ਆਪਾਂ ਆਪਣੀ ਮਰਜ਼ੀ ਨਾਲ ਉੱਥੇ ਜਾ ਨਹੀਂ ਸਕਦੇ ਇੰਨਾ ਕੋ ਫਰਕ ਹੈ ਕੋਈ ਨਹੀਂ ਜਾ ਸਕਦਾ ਉੱਥੇ ਕਿਸੇ ਨੇ ਨਹੀਂ ਮੁੜ ਕੇ ਆਉਣਾ ਕੋਈ ਉਥੇ ਜਿਹੜਾ ਆਪਣੀ ਮਰਜ਼ੀ ਨਾਲ ਜਾ ਨਹੀਂ ਸਕਦਾ ਕੋਈ ਉਥੇ ਆ ਨਹੀਂ ਸਕਦਾ ਇੰਨੀ ਇੱਕ ਗੱਲ ਜਿਹੜੀ ਹੈ ਮਾਂ ਜ਼ਰੂਰ ਯਾਦ ਰੱਖੀ ਤੇਰੇ ਪੁੱਤ ਨੇ ਜ਼ਿੰਦਗੀ ਦੇ ਵਿੱਚ ਨਾਮ ਕਮਾਇਆ ਤੇਰਾ ਪੁੱਤ ਠੀਕ ਠਾਕ ਰਿਹਾ ਪਰ ਕੁਝ ਲੋਕਾਂ ਨੇ ਉਹਦੀ ਜਾਨ ਦੀ ਜਿਹੜੀ ਹੈ ਬੋਲੀ ਲਾਤੀ ਉਹਦੀ ਜਾਨ ਨੂੰ ਲੈ ਲਿਆ ਤੇ ਦਰਸਲ ਅੱਜ ਤੇਰਾ ਪੁੱਤ ਵਾਪਸ ਨਹੀਂ ਆਏਗਾ ਅੱਜ ਉਹਦੇ ਮਾਪੇ ਵਿਛੋੜੇ ਵਿੱਚ ਮਰ ਰਹੇ ਨੇ ਵਿਛੋੜੇ ਵਿੱਚ ਮਰ ਰਹੇ ਨੇ ਉਹ ਕਹਿੰਦੇ ਨੇ ਕਿ ਸਾਨੂੰ ਹਵੇਲੀ ਚੰਗੀ ਨਹੀਂ ਲੱਗਦੀ ਕਿੱਥੋਂ ਚੰਗੀ ਲੱਗਣੀ ਹੈ ਜਿਸ ਹਵੇਲੀ ਦੇ ਵਿੱਚ ਉਹਨਾਂ ਦਾ ਪੁੱਤ ਆਪ ਆਉਂਦਾ ਸੀ ਜਾਂਦਾ ਸੀ ਦੇਖਿਆ ਹੋਵੇ ਜਿਵੇਂ ਹਵੇਲੀ ਦੇ ਨਾਲ ਪੁਰਾਣੇ ਨਾਤੇ ਹੋਣਾ ਜ ਜੁਨਾ ਦਾ ਪੁੱਤ ਉਸ ਹਵੇਲੀ ਦੇ ਵਿੱਚ ਨਹੀਂ ਹੈ ਕਿੱਥੋਂ ਚੰਗਾ ਲੱਗਣਾ ਸਾਰਾ ਕੁਝ ਇਹ ਗੱਲ ਯਾਦ ਰੱਖਿਓ ਵਿਛੋੜੇ ਦੀ ਅੱਗ ਬਹੁਤ ਮਾੜੀ ਹੁੰਦੀ ਹੈ ਅੰਦਰੋਂ ਅੰਦਰੀ ਸਾੜਦੀ ਹੈ ਦੁੱਖ ਇੰਨਾ ਭੈੜਾ ਹੁੰਦਾ ਹੈ ਕਹਿੰਦੇ ਨੇ ਕੁਛ ਇੱਕ ਵਾਰ ਸਰੀਰ ਤੇ ਮਾਰੋ ਹੱਡੀਆਂ ਤੋੜ ਤੋੜ ਦਿੱਤੀਆਂ ਜਾਂਦੀਆਂ ਨੇ ਪਰ ਵਿਛੋੜਾ ਨਾ ਹੱਡੀਆਂ ਟੁੱਟਣ ਦਿੰਦਾ ਕਿ ਨਾ ਵਿਛੋੜਾ ਹੱਡੀਆਂ ਜੁੜਨ ਵਿੱਚ ਮਦਦ ਕਰਦਾ ਕਹਿੰਦੇ ਵਿਛੋੜਾ ਅੰਦਰੋਂ ਅੰਦਰ ਖਾਰਦਾ ਬੰਦੇ ਨੂੰ ਘੋਣ ਵਾਂਗੂ ਖਾਰਦਾ ਹੈ ਅੰਦਰੋਂ ਅੰਦਰੀ ਅੰਦਰੋਂ ਅੰਦਰੀ ਖੋਖਲਾ ਕਰਦਾ ਹੈ ਅੱਜ ਉਹਦੇ ਮਾਪੇ ਦੀ ਹਾਲਤ ਜਿਹੜੀ ਹੈ ਨਾ ਵੇਖੀ ਨਹੀਂ ਜਾਂਦੀ ਪੰਜਾਬ ਦੀਆਂ ਅਜੇਹੀਆਂ ਮਾਵਾਂ ਜਿਨ੍ਹਾਂ ਦੀਆਂ ਹਾਲਤਾਂ ਅੱਜ ਬਿਲਕੁਲ ਵੀ ਦੇਖੀਆਂ ਨਹੀਂ ਜਾਂਦੀਆਂ ਜਿਨ੍ਹਾਂ ਦੀ ਹਾਲਾਤ ਅੱਜ ਬਹੁਤ ਮਾੜੇ ਹੋ ਗਏ ਨੇ ਜਿਨ੍ਹਾਂ ਦੇ ਹਾਲਾਤ ਅੱਜ ਇੰਨੇ ਕੁ ਮਾੜੇ ਨੇ ਦਰਸਲ ਉਹਨਾਂ ਦੇ ਹਾਲਾਤ ਅੱਜ ਵੇਖੇ ਨਹੀਂ ਜਾਂਦੇ ਕਾਰਨ ਇਹ ਰਿਹਾ ਕਿ ਉਹਨਾਂ ਮਾਵਾਂ ਨੇ ਬਦ ਸੰਤਾਪ ਹੰਡਾਏ ਨੇ ਉਹਨਾਂ ਮਾਵਾਂ ਨੇ ਸਭ ਤੋਂ ਵੱਧ ਸੰਤਾਪ ਹੰਡਾਏ ਨੇ ਕਾਰਨ ਇਹ ਰਿਹਾ ਅੱਜ ਉਹੀ ਚੀਜ਼ ਦੁਬਾਰਾ ਪੰਜਾਬ ਦੇ ਉੱਪਰ ਚੱਲ ਪਈ ਪੰਜਾਬ ਦੇ ਉੱਪਰ ਮੰਡਰਾਉਣੀ ਸ਼ੁਰੂ ਹੋ ਗਈ ਪੰਜਾਬ ਦੇ ਲੋਕ ਫਿਰ ਵੀ ਕਿੰਨੇ ਨਾ ਕਿਤੇ ਅੱਜ ਚੁੱਪ ਵੱਟ ਕੇ ਬੈਠੇ ਹੋਏ ਨੇ ਆਵਾਜ਼ ਉਠਾਓ ਆਪਣੇ ਹੱਕ ਲਈ ਜਿੱਥੇ ਸਾਡੇ ਨਾਲ ਗਲਤ ਹੁੰਦਾ ਹੈ ਆਵਾਜ਼ ਉਠਾਇਆ ਕਰੋ ਮੌਖ ਦਰਸ਼ਕ ਬਣ ਕੇ ਨਾ ਵੇਖਦੇ ਰਿਹਾ ਕਰੋ ਵੀ ਸਾਨੂੰ ਸਾਡੇ ਤੇ ਕਿਹੜਾ ਆਈ ਹੈ ਜੀ ਅੱਜ ਦੂਜਿਆਂ ਤੇ ਆਈ ਹੈ ਯਾਦ ਰੱਖਿਓ ਕਦੇ ਸਾਡੇ ਤੇ ਵੀ ਆਜੂਗੀ ਤੇ ਅੰਨੇ ਭਗਤ ਨਾ ਬਣੋ ਸਰਕਾਰਾਂ ਦੇ ਕੋਈ ਕਹਿੰਦਾ ਮੈਂ ਆਮ ਆਦਮੀ ਦਾ ਕੋਈ ਕਹਿੰਦਾ ਕਾਂਗਰਸੀਆਂ ਕੋਈ ਕਹਿੰਦਾ ਅਕਾਲੀ ਹੈ ਕੋਈ ਕਹਿੰਦਾ ਮੈਂ ਬੀਜੇਪੀ ਦਾ ਕੁਛ ਵੀ ਅੰਨੇ ਭਗਤ ਨਾ ਬਣੋ ਸਪੋਰਟ ਕਰੋ ਜਿਹਨੂੰ ਦਿਲ ਕਰਦਾ ਕਰੋ ਜਿੱਥੇ ਗਲਤੀ ਹੈ ਉਥੇ ਡਟ ਕੇ ਸਾਥ ਦਿਓ ਵੀ ਹਾਂ ਇੱਥੇ ਗਲਤੀ ਹੈ ਤੇ ਗਲਤੀ ਹੈ ਤੇ ਚੰਗਿਆਈ ਹੈ ਤਾਂ ਉਹਦਾ ਪ੍ਰਚਾਰ ਕਰੋ ਕੋਈ ਗਿਲਾ ਨਹੀਂ ਇਸ ਕਰਕੇ ਅੱਜ ਏਕਾ ਜਰੂਰ ਰੱਖੋ ਸਾਂਝਾ ਜਰੂਰ ਰੱਖੋ ਉਹ ਖਤਮ ਨਾ ਕਰੋ ਇਹ ਚੀਜ਼ਾਂ ਦੀ ਜ਼ਰੂਰਤ ਹੈ ਸੋ ਸਾਰਿਆਂ ਦਾ ਧੰਨਵਾਦ ਇੰਨੀਆਂ ਕੋ ਬੇਨਤੀਆਂ ਮੈਂ ਕਰਨੀਆਂ ਚਾਹੁੰਦਾ ਸੀ ਪਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ